हे कदी चले बाल की से निकिया देते हैं ढह पिए मैं बाल तो मैं ढह पे तले मैं जूती पोस गया मैं कह जल्दी जल्दी मजा तू कहने ठा बुआ तेरे वीडियो ये हम बेड़ी बधिंदी पे बेड़ी बधी गई हूँ एक किसान देखो लाख लग गए बेड़ी को ताला लग गया असा लग गया सी आप पता कुछ समझाव के सारी जो मकसद है को एक समय ताला लग गया हूँ ये बेड़ी से ओ तो सैकल मोटर रखना यहाँ से तकरीबन मेरे ख्याल एक मिनट बजे हूँ अस्सलाम वालेकुम मेरा नाम मोहम्मद अली मोहाना तो यही टाइम दे पे यूट्यूब चैनल मोहम्मद अली व्लॉग आज जैसा गए उधमपुर साहब बाद ताको आप दिखा दिया कश्ती जैसे पता नहीं थे खड़े से बुरसा बाद ते पता खड़े से ओ हाथ लाल बंदे छिके नहीं को पुराने दौर लिखा ना ही देते पीटर है ना ही देते कोई इजन है ना ही देते कोई अपना लड़ी वगैरह है रसा बधी खड़े रसे लाल एक पास छेक तो परते वेंदे परते छेक तो औरते वेंदे माशाल्लाह ये बेड़ी है तेरे सामने ये छोटे जी बेड़ी है बाल वदन से इस औरता जवान साइकिल मोटर हस टप दी एक प्रसा ये है वे ए तेरे सामने था ओ तेरा सब बंदा बंदा बे ए अद्दा सर दवारी बेले छकेंदे ते इंटरव्यू घिंदा मजीद कर दे दे दा इंशाल्लाह इंटरव्यू दे से ए बुरसा बाद दा इलाके वे असा गयो दियासे थी फौत की उठी गयो दियासे तो वाला तक माहौल लिखा गनु तक क्या हाल से ठीक हो क्या नाम है तोरा सी मोहम्मद हुसैन अच्छा कौन थे तुसी मोहन सिंह अच्छा सी थोड़ी जी सी में मालूमात दे तो चोखे पैसे देने से तो कुछ साल साल लेने दाने देन पैसे देने ए दाने देने चोखे से मान घर ते होवे एक घर देख मान चोखे घर तुसा तुसा से तकरीबन बात ही वे 50 60 से गए थे अच्छा से चोखे अपना तो ड्यूटी है सवेरे को लात शाम तक के तक करंदो से जो ब्राह्मण ने पहले खोलना पंदे अच्छा बोला ओ 9:10 बजे तक रात दे मकसद 14 घंटे ड्यूटी करंदो हां अच्छा कल तुसा से ਇਹ ਕਿਹੜੀ ਜਗ੍ਹਾ ਸੀ ਪਤਾ ਕਿਹੜਾ ਹੈ ਇਹ ਬੁਰਸਬਾਦ ਹੈ ਇਹ ਸੀ ਬੁਰਸਬਾਦ ਠੀਕ ਹੈ ਪਤਾ ਇਹ ਮੌਕੇ ਦੀ ਜਗ੍ਹਾ ਕਿਤਾਂ ਇਹ ਕਿਹੜਾ ਸੀ ਕੱਚਾ ਦਰੇਕ ਕੱਚਾ ਦਰੇਕ ਦਾ ਪਤਾ ਨਹੀਂ ਸੀ ਬੁਰਸਬਾਦ ਹੈ ਤਾਂ ਤੁਸੀਂ ਕੌਣ ਕਿਹੜਾ ਬੰਦ ਤੁਸੀਂ ਖੜੀ ਖੜੀ ਕਿਹੜੀ ਕੌਮ ਖੜੀ ਖੜੀ ਤੁਸੀਂ ਕੌਮ ਇਹ ਗੱਲੂ ਬੈਠਣ ਜਖੜਨ ਕੁਪਾਂਗਨ ਹਰ ਕੌਮ ਬੈਠੀ ਹਰ ਕੌਮ ਬੈਠੀ ਅੱਛਾ ਤਾਂ ਤੁਸੀਂ ਪੈਸੇ ਦੇ ਦਨ ਕੋਈ 10 20 ਰੁਪਏ ਜਾਂ 30 ਦੇ ਪੈਸੇ ਰੋਜ਼ ਦੇ ਇਹ ਕੰਨ ਦਿੰਦੇ ਉਡੇ ਨਨ ਜਿਹੜਾ ਮਿਸਾਲ ਦਾਣੇ ਨਹੀਂ ਦਿੱਤੇ ਖੜਾ ਉਹ ਕਿਰਾਇਆ ਭਰੇ ਨੇ ਅੱਛਾ ਤਾਂ ਦਾਣੇ ਦਿੱਤੇ ਖੜਾ ਉਹ ਅੱਛਾ ਸੀ ਗੱਲ ਦੱਸੋ ਸੀ ਮਕਸਦ ਹੁਣ ਮੈਂ ਇੱਥੇ ਦਾਣੇ ਦਾ ਮਾਰ ਦਾਣੇ ਦਾ ਮੇਰੇ ਘਰ ਦੇ 20 ਬੰਦੇ ਨੇ ਬਲਾ 20 ਬੰਦੇ ਮੁਖਤ ਵੈਸੇ ਉਹ ਮੁਖਤ ਵੈਸੇ ਅੱਛਾ ਜੋ ਇੱਕ ਬੰਦਾ ਉਹ ਇੱਕ ਬੰਦਾ ਵੈਸੇ ਇੱਕ ਬੰਦਾ ਬਲਾ ਗੁਜ਼ਾਰਾ ਚੱਲ ਰਿਹਾ ਸੀ ਸ਼ੁਕਰ ਹੈ ਅੱਲਾ ਦਾ ਜਿਹੜਾ ਨਸੀਬ ਹੈ ਮਿਲ ਵੇਲੇ ਅੱਛਾ ਅਸੀਂ ਤੁਹਾਡੀ ਈਦ ਸ਼ਾਦੀ ਕਮੀ ਤੇ ਕੋਈ ਪੈਸਾ ਖਰਚਾ ਬਣ ਜਾਏ ਅਲੱਗ ਹੀ ਸਿਰਫ ਦਾਣੇ ਦੇ ਗੱਲ ਨੂੰ ਕੀ ਪੀਏ ਸਿਰਫ ਦਾਣੇ ਦੇ ਗੱਲ ਉਹਨਾਂ ਦੀ ਆਪਣੀ ਦਿਲ ਖਾਇਸ਼ ਕਰੇ ਤਾਂ ਦੇਣ ਖਰਚੇ ਪਾਣੀ ਅੱਛਾ ਨਾ ਕਰੇ ਤਾਂ ਨਹੀਂ ਦਿੰਦੇ ਇਹ ਸਰਦ ਗਰਮੀ ਕੁਛ ਹੁੰਦੀ ਥੀ ਸੀ ਗਰਮੀ ਕੋਈ ਥੀ ਸਿਆਲੇ ਕੋ ਪਿੱਛੇ ਛੁੱਟੀ ਹੋਣੀ ਪਾਣੀ ਸੋਕ ਪੰਦੇ ਵਾਲਾ ਕੀ ਕੰਮ ਕਰੋ ਸਿਆਲੇ ਕੁਛ ਕਾਨੇ ਕਪੇ ਨੂੰ ਅੱਛਾ ਅੱਛਾ ਗੁਰਾਂ ਜਲਦੀ ਪੀਏ ਹਾਂ ਦਰਬਾਰੀ ਸੀ ਤੁਸੀਂ ਦਿੱਤੇ ਵੈਸੀ ਇਹ ਅੱਦਾ ਵੀ ਮਕਸਦ ਇੱਕ ਕਿਸਮ ਦਾ ਕਾਰੋਬਾਰ ਹੈ ਅੱਲਾ ਰਿਜ਼ਕ ਦੇ ਦੇ ਕੋ ਇਹ ਸਾਰ ਦਿਵਾਰ ਹੀ ਖੜੇ ਸਿਆ ਸਵੇਰੇ ਕੋ ਲਾ ਤੇ ਸਜਬਰ ਕੋ ਲਾ ਤੇ ਸ਼ਾਮ ਮਗਰਬ ਦਾ ਨਹੀਂ ਯਾਰਾ ਤੇ ਦਾ ਹਿੱਤਾ ਨਹੀਂ ਰਾਤ ਜਿਹੜੇ ਸਵਾਰੀ ਟੱਪਦੀ ਆਪਣਾ ਸਾਈਕਲ ਮੋਟਰ 1 ਵਜੇ ਟੱਪੇ ਬੁਲਾਈ ਅਸਾ ਪਾਰ ਪੁਜੇ ਨੂੰ 2 ਵਜੇ ਆਵੇ 3 ਵਜੇ ਆਵੇ ਨੇ ਮਕਸਦ ਇਹ ਅੱਧਾ ਹੀ ਬੇੜੀ 24 ਘੰਟੇ ਪਾ ਬੰਦੇ ਇੱਕ ਮਨ ਦਾਣੇ ਬੰ ਘਰ ਦੇ 20 ਬੰਦੇ ਬੰ 30 ਬੰਦੇ ਇਹ ਪੁਰਾਣੇ ਜੇ ਸੁਣਦੇ ਸੀ ਗਾਲੀ ਸੁਣਦੇ ਆਸੇ ਅਦਾ ਕੀ ਨਾਮ ਹੈ ਨਿਕਾ ਗੁਲਾਮ ਰਸੂਲ ਕਹਿੰਦਾ ਬਾਲੀ ਕੁਰਬਾਨ ਦਾ ਅੱਛਾ ਸੁਣਾ ਅੱਛਾ ਸਮਝੀ ਬੇੜੀ ਤੇ ਪਰਦਾ ਪਈ ਹੱਥ ਤਲੇ ਕਾ ਨਾ ਮੂੰਹ ਤੇ ਸਾਫ ਹੋਏ ਇਹ ਸੀ ਮੇਰੇ ਮੇਰੇ ਖਿਆਲ ਮੇਰੇ ਬਦਰੀਆ ਬਣਦੇ ਗੁਲਾਮ ਰਸੂਲ ਨਾ ਇਥੇ ਰਹਿੰਦੇ ਇਹ ਮੇਰੀ ਬੜੇ ਜੀ ਅਬੂ ਦਸਾ ਸੁਣਿਆ ਨਾ ਪਰਦੀ ਪਈ ਕਿਤੇ ਦੂਜੀ ਕੋਈ ਸ਼ਹਿਰ ਮੈਂ ਰਹਿੰਦੀ ਕੋਈ ਡਾਂਗ ਵੀ ਕੋਈ ਆਪਣਾ ਤਿਲਾਵਤ ਆਉਂਦੀ ਕੁਛ ਆਉਂਦੀ ਕੁਛ ਤਿਲਾਵਤ ਆਉਂਦੀ ਹੈ ਅਸੀਂ ਕਹੀਂ ਸੁਣਦੇ ਹਾਂ ਇਹ ਸੀ ਹੁਣ ਬੰਦੇ ਪਿਉ ਤੁਹਾਡੇ ਸਾਹਮਣੇ ਇੱਕ ਇੱਕ ਸਵਾਰੀ ਨਾਲ ਸਵਾਰੀ ਨੂੰ ਇੰਟਰਵਿਊ ਗਿੰਸੋ ਕਰਦੇ ਸੇ ਤਾਂ ਉਹ ਪਾਸਾ ਛੋੜੀ ਵੀ ਤੁਹਾਡੇ ਸਾਹਮਣੇ ਪਾਪਾ ਵੰਦੇ ਪਿਆ ਮਤਲਬ ਮੋਬਾਈਲ ਡੈ ਫੋਰ ਪਾਣੀ ਇਸ ਤੁਹਾਡੇ ਸਾਹਮਣੇ ਕੋ ਜਵਾਨ ਹਾਰੂ ਚੀ ਬੈਸ
ਇੱਥੇ ਅਸਲ ਹੱਥ ਲਾਂ ਛਿੱਕੇ ਨੂੰ ਬੇੜੀ ਆਪਾਂ ਇਹ ਅੱਧਾ ਸਵਾਰੀ ਹੈ ਅੱਧਾ ਕਿਆ ਨਾ ਹੈ ਮਮਤਾ ਸਾਹਿਬ ਕੌਣ ਸਿੰਦੋ ਕਿੱਥਾਂ ਗਿਆ ਹੋਵੇ ਅੱਛਾ ਇਹ ਅੱਧਾ ਅਸੀਂ ਗੱਲੂ ਸਿੰਦੇ ਇਹਦਾ ਵੀ ਮਕਸਦ ਬੇੜੀ ਦੇ ਇੱਥੇ ਅਸੀਂ ਪਤਨ ਏਰੀਆ ਜਿੰਦੀ ਗਰਮ ਦਿਨ ਇਹ ਬੁਰਸਾ ਬਾਦ ਕਹਿ ਕੰਮ ਨਾਲ ਗਿਆ ਹੁਣ ਵਾਪਸ ਵੇਂਦਾ ਪਏ ਅੱਧਾ ਮੁਫਤ ਵੇਂਦਾ ਪਈ ਇਹ ਤਾਂ ਮੁਫਤ ਮਹੀਨੇ ਬਾਅਦ ਆਪਣੇ ਸਾਲ ਬਾਅਦ ਦਾੜੇ ਨੇ ਸੇ ਛੇ ਮਹੀਨੇ ਬਾਅਦ ਸਾਲ ਬਾਅਦ ਸਾਲ ਦੇ ਬਾਅਦ ਦਾਣੇ ਸੇ ਇੱਕ ਮਾਰਨ ਦੇ ਸੇ ਦਾਣਾ ਦੇਖੋ ਅੱਧਾ ਇਹ ਹੱਥ ਲਿਛਕੀ ਪਏ ਰਸੇ ਉੱਥੋਂ ਆਏ ਤੇਰੇ ਸਾਹਮਣੇ ਉੱਥੋਂ ਆਈ ਪੁੱਜੀ ਪੁੱਜ ਦੇਖ ਬਗੈਰ ਪੀਟਰ ਦੇ ਬਗੈਰ ਕਹਿ ਮਕਸਦ ਦੇ ਅਸਾਂ ਲੜੀ ਆ ਤੂੰ ਬਗੈਰ ਕਹਿ ਮੁਖ ਲੱਕੜ ਦੇ ਬੇੜੀ ਰਸੇ ਨਾਲ ਛਿੱਕਦੇ ਵੇਂਦੇ ਤੂੰ ਪੁੱਜੀ ਹੋਣੀ ਸੀ ਸਾਈਕਲ ਮੋਟਰ ਹੋਵੇ ਦਾਣੇ ਹੋਵਣ ਬਾਲ ਨਾਲ ਹੋਣ ਔਰਤਾਂ ਹੋਣ ਜਵਾਨ ਹੋਣ ਸਮਾਨ ਹੋਵੇ ਹੀ ਅੱਧੇ ਦਾ ਕੰਮ ਹੈ ਪੁਜਾ ਤੇ ਪਰ ਜਾਵਾਂ ਬਰਲ ਦੇਸੀ ਮਾਹੌਲ ਹੈ ਇਹ ਆਪ ਪੁਜਾਉਣ ਵਾਲੇ ਹੁਣ ਇਹ ਹੁਣ ਬੇੜੀ ਪੁਜਾਉਣ ਵਾਲੇ ਆਪਣੀ ਖਲੋ ਜੈਸਾ ਮੈਕਸ ਹੁਣ ਲੈਸੋ ਠੀਕ ਹੈ ਪਹਿਲੇ ਮੇਰੇ ਕੋਲ ਲਾਉਣ ਦੇ ਸੋ ਪਰ ਵੀਡੀਓ ਫੋਲੋ ਸੇ ਮਲਾ ਮੋਹਣਾ ਆਪਣੇ ਨਿੱਕੇ ਨਿੱਕੇ ਚੋਰ ਖੜਾ ਕੇ ਸੁਣਾ ਬੂ ਤੁਚ ਸੁਣਾ ਕਿਸ਼ਾ ਉਹ ਵੰਜੋ ਨਾ ਯਾਰ ਮੇਰਾ ਸਮਾਨ ਪਿਓ ਥਾ ਮੇਰੇ ਇਹ ਸਮਾਨ ਨੂੰ ਚਾ ਦਿਓ ਤੁਸੀਂ ਦੱਸੋ ਪੇ ਖਖੜ ਪੁੱਛਣਾ ਉਹ ਤਵਾਲਾ ਮੈਂ ਢੇ ਪਗੇ ਜੇ ਮੈਂ ਢੇ ਪਿਆ ਤਾਂ ਇਸ ਮਹੰਗਾਈ ਦੇ ਬਾਰੇ ਤੇ ਰੋਜ਼ ਜੇ ਅਗੇ ਗੱਲ ਕੀਤੀ ਹੋਵੇ ਮਹੰਗਾਈ ਦੇ ਬਾਰੇ ਸੀ ਅਲਹਮਦੁਲਿਲਾ ਅੱਲਾਹ ਤੇ ਤਵੱਕਾ ਹੋਵੇ ਤਾਂ ਕੋਈ ਮਹੰਗਾਈ ਕਾ ਨਹੀਂ ਦਰਿਆ ਦੇ ਕਿਨਾਰੇ ਦੇਖਣ ਜੇ ਅੱਲਾਹ ਤਾਲਾ ਰਿਸਕ ਦੇਣੇ ਦਾ ਮੱਛੀ ਦਰਿਆ 'ਚ ਲੁੱਟਦੀ ਉਸ ਉਹੀ ਪਕੜ ਤੇ ਅਲਹਮਦੁਲਿਲਾ ਸਾਰੇ ਨਸੀਬੇ 'ਚ ਆਵੇ ਸੇ ਸੁਭਾਨ ਅਸਾਂ ਤਵੱਕਾ ਅੱਲਾਹ ਦਾ ਰੱਖੂੰ ਤੇ ਸੋਹਣੇ ਸ਼ਾਨੇ ਵਾਲੇ ਰੱਬ ਤੇ ਰੱਬ ਦੇ ਮਹਿਬੂਬ ਦੀ ਯਾਦ ਤੇ ਨਿਹਾਰ ਗੁਜ਼ਾਰੂੰ ਤਾਂ ਅੱਲਾਹ ਤਾਲਾ ਸਾਰੇ ਮੁਸਲਮਾਨੇ ਕੋ ਰਿਸਕ ਜਰਾ ਪਹੁੰਚਾ ਦੇ ਸੇ ਸੁਭਾਨ ਅਲਹਮਦੁਲਿਲਾ ਸਾਰੇ ਅੱਲਾਹ ਤਾਲਾ ਦੇ ਮਹਿਬੂਬ ਤੇ ਤਵੱਕਾ ਰੱਖਣ ਕੋਈ ਮਹਿੰਗਾਈ ਨਾ ਤਿਸੇ ਸੋਹਣੇ ਰੱਬ ਦੀ ਰਹਿਮਤ ਸੇ ਇਹ ਅਦਾ ਸੇ ਆਫ ਕੈਮਰਾ ਵਿੱਚ ਦਸਾਇਸ ਬਹੁਤ ਮਹਿੰਗਾਈ ਹੈ ਲੇਕਿਨ ਅਲਹਮਦੁਲਿਲਾ ਜੋ ਰਿਸਕ ਸਗ ਮਿਲ ਸੇ ਇਹ ਪਹਿਲਾ ਬੰਦਾ ਜਿਹੜਾ ਮਹਿੰਗਾਈ ਦਾ ਸ਼ੁਕਰੀਆ ਅਦਾ ਕਰਦਾ ਅੱਲਾਹ ਤਾਲਾ ਦਾ ਜੋ ਸਾਨੂੰ ਨਸੀਬ ਸਗ ਮਿਲ ਵੇ ਸੇ ਅੱਲਾਹ ਤਾਲਾ ਹੀ ਦੌਰ ਹੈ ਜੀ ਅੱਲਾਹ ਸੇ ਇਹਦਾ ਇਹਦੇ ਇਮਾਨ ਤੇ ਇਸਲਾਮ ਦੇਖੀ ਖੜੀ ਹੈ ਯਕੀਨ ਕਰੋ ਇਹੋ ਜਿਹੇ ਬੰਦੇ ਲੱਭਦੇ ਕਹਿੰਦੇ ਅੱਜ ਕੱਲ੍ਹ ਦੌਰ 'ਚ ਇਹ ਅੱਧਾ ਹੀ ਬੇੜੀ ਦੇ ਵੇ ਪਰਾਂ ਦਾ ਪਿਆ ਅੱਲਾਹ ਇਹਦੇ ਸੀ ਇਮਾਨ ਤੇ ਸਲਾਮ ਦੇ ਰੱਖੇ ਤੇ ਸਦਾ ਕ ਬੰਦਾ ਸਹੀ ਹਰ ਹਾਲ ਅੱਲਾਹ ਤਾਲਾ ਤੁਹਾਨੂੰ ਮੇਰਾ ਵਲੌਗ ਅੱਛਾ ਲੱਗੇ ਤਾਂ ਮੇਰੇ ਚੈਨਲ ਕੋ ਲਾਈਕ ਸਬਸਕ੍ਰਾਈਬ ਲਾਜ਼ਮੀ ਕਰੋ ਤੇ ਇਹ ਹੈ ਮੇਰਾ ਪੁੱਤਰ ਅਬੂ ਕਿਆ ਨਾ ਹੈ